ਆਪਣੇ 4 ਸਾਲਾਂ ਦੇ ਮਾਸੂਮ ਪੁੱਤ ਦੇ ਨਾਲ ਧਰਨਾ ਲਾਈ ਬੈਠੀ ਇਸ ਪਤਨੀ ਦੇ ਵੱਲੋਂ ਆਪਣੇ ਹੀ ਪਤੀ ਦੇ ਖਿਲਾਫ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ। ਦੇਰ ਰਾਤ ਤੋਂ ਇਹ ਪਤਨੀ ਆਪਣੇ ਪਤੀ ਦੇ ਗੋਦਾਮ ਦੇ ਬਾਹਰ ਧਰਨਾ ਲਾਈ ਬੈਠੀ ਹੈ ਤੇ ਉਹਦੇ ਨਾਲ 4 ਸਾਲ ਦਾ ਮਾਸੂਮ ਬੇਟਾ ਵੀ ਬੈਠਿਆ ਹੋਇਆ ਹੈ। ਪਤਨੀ ਦਾ ਕਹਿਣਾ ਹੈ ਕਿ ਉਸਦੇ ਪਤੀ ਵੱਲੋਂ ਉਸ ਨਾਲ ਧੋਖਾ ਕੀਤਾ ਗਿਆ ਹੈ। ਇਹ ਦੋਨਾਂ ਦਾ ਦੂਜਾ ਵਿਆਹ ਹੈ ਪਰ ਪਤੀ ਆਪਣੀ ਪਹਿਲੀ ਪਤਨੀ ਤੇ ਪਹਿਲੇ ਬੱਚੇ ਦੇ ਨਾਲ ਰਹਿ ਰਿਹਾ ਹੈ। ਉਸ ਨਾਲ ਇੱਕ ਵੱਡਾ ਧੋਖਾ ਹੋਇਆ ਹੈ। ਇੰਨਾ ਹੀ ਨਹੀਂ, ਉਸਦੇ ਪਤੀ ਵੱਲੋਂ ਮਕਾਨ ਤੇ ਲੋਨ ਵੀ ਲਿਆ ਗਿਆ ਜਿਸ ਦੀਆਂ ਕਿਸ਼ਤਾਂ ਭਰਨੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਤੇ ਇਹ ਮਾਂ ਪੁੱਤ ਕਦੇ ਵੀ ਬੇਘਰ ਹੋ ਸਕਦੇ ਨੇ, ਜਿਸ ਲਈ ਹੁਣ ਇਹ ਪਤਨੀ ਇਨਸਾਫ ਦੀ ਮੰਗ ਕਰ ਰਹੀ ਹੈ। ਪਤਨੀ ਦਾ ਕਹਿਣਾ ਹੈ ਕਿ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ, ਕੋਰਟ ਦੇ ਵਿੱਚ ਕੇਸ ਵੀ ਚੱਲ ਰਿਹਾ ਹੈ ਪਰ ਉਸਨੂੰ ਖਰਚਾ ਨਹੀਂ ਮਿਲ ਰਿਹਾ ਕਿਉਂਕਿ ਉਸਦੇ ਪਤੀ ਦੇ ਵੱਲੋਂ ਇਹ ਬਿਜ਼ਨਸ ਉਸਦੇ ਨਾਮ ਤੇ ਸ਼ੋਅ ਕੀਤਾ ਗਿਆ ਹੈ। ਤਸਵੀਰਾਂ ਪਟਿਆਲਾ ਦੇ ਫੋਕਲ ਪੁਆਇੰਟ ਦੀਆਂ ਨੇ ਜਿੱਥੇ ਇਹ ਪਤਨੀ ਆਪਣੇ ਪਤੀ ਦੇ ਗੋਦਾਮ ਦੇ ਬਾਹਰ ਦੇਰ ਰਾਤ ਤੋਂ ਆਪਣੇ ਮਾਸੂਮ ਬੱਚੇ ਦੇ ਨਾਲ ਬੈਠੀ ਹੋਈ ਹੈ ਤੇ ਇਨਸਾਫ ਦੀ ਮੰਗ ਕਰ ਰਹੀ ਹੈ। ਹਾਲਾਂਕਿ ਦੂਸਰੇ ਪਾਸੇ ਪਤੀ ਦੇ ਵੱਲੋਂ ਪਤਨੀ ਵੱਲੋਂ ਲਾਏ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਗਿਆ ਹੈ ਤੇ ਪਤੀ ਇਹ ਵੀ ਕਹਿ ਰਿਹਾ ਹੈ ਕਿ ਉਹ ਅਦਾਲਤ ਦੇ ਹੁਕਮਾਂ ਦੇ ਤਹਿਤ ਆਪਣੀ ਪਤਨੀ ਨੂੰ ਖਰਚਾ ਵੀ ਦੇ ਰਿਹਾ ਹੈ। ਪਤਨੀ ਦਾ ਕਹਿਣਾ ਹੈ ਕਿ ਦੇਰ ਰਾਤ ਤੋਂ ਇਸ ਥਾਂ ਤੇ ਬੈਠੀ ਹੋਈ ਹੈ, ਉਸ ਨਾਲ ਧੱਕੇਸ਼ਾਹੀ ਵੀ ਕੀਤੀ ਗਈ, ਉਸਨੂੰ ਇੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਸੀਸੀਟੀਵੀ ਕੈਮਰੇ ਕਢਵਾਉਣ ਤੱਕ ਦੀ ਗੱਲ ਕੀਤੀ ਜਾ ਰਹੀ ਹੈ ਇਸ ਪਤਨੀ ਦੇ ਵੱਲੋਂ। ਉਧਰ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਏਗੀ। ਸਤਿਨ, ਮੇਰਾ ਹਸਬੈਂਡ ਹੈ ਪਿਊਸ਼ ਗੋਇਲ, ਮੇਰੇ ਘਰੇ ਮੇਰਾ ਵਿਆਹ ਤੋਂ ਬਾਅਦ ਸਾਡੇ ਦੋਨਾਂ ਦੀ ਸੈਕਿੰਡ ਮੈਰਿਜ ਹੋਈ ਹੈ। ਮੇਰਾ ਵੀ ਦੂਜਾ ਵਿਆਹ ਹੈ, ਇਹਨਾਂ ਦਾ ਵੀ ਦੂਜਾ ਵਿਆਹ ਹੈ। ਇਹ ਪਹਿਲੀ ਵਾਈਫ ਨਾਲ ਅਤੇ ਪਹਿਲੇ ਬੱਚਿਆਂ ਨਾਲ ਸ਼ੁਰੂ ਤੋਂ ਰਹਿ ਰਹੇ ਹੈ, ਆਪਣੇ ਨੀਰਜ ਗੋਇਲ ਉਹਦੇ ਭਰਾ ਦੇ ਸ਼ਾਦਿਸ਼ ਨਾਲ ਰਲ ਕੇ ਇਹ ਸ਼ੁਰੂ ਤੋਂ ਉਹਨਾਂ ਨਾਲ ਰਹਿ ਰਹੇ ਹੈ। ਮੈਨੂੰ ਇਹਨਾਂ ਨੇ ਝੂਠ ਬੋਲਿਆ ਸੀਗਾ ਕਿ ਅਸੀਂ ਆਪਣੇ ਬੱਚਿਆਂ ਨਾਲ ਮਿਲਦਾ ਨਹੀਂ, ਮੈਂ ਪਹਿਲੀ ਜਣ ਨਾਲ ਮਿਲਦਾ ਨਹੀਂ, ਪਰ ਸਭ ਮਿਲਦੇ ਹੈ, ਸਰ ਮਿਲੇ ਹੋਏ ਹੈ ਸਾਰੇ ਜਾਣੇ। ਹੁਣ ਇਹਨਾਂ ਨੇ ਕੋਰਟ ਵਿੱਚ ਲਿਖ ਕੇ ਲਾਤਾ ਵੀ ਜਿਹੜਾ ਇਹ ਬਿਜ਼ਨਸ ਹੈ ਇਹ ਮੇਰੇ ਨਾਮ 'ਤੇ ਹੈ, ਖਰਚੇ ਤੋਂ ਭੱਜਣ ਵਾਸਤੇ, ਜਿਸ ਕਰਕੇ ਕੋਰਟ ਨੇ ਮੈਨੂੰ ਖਰਚਾ ਨਹੀਂ ਲਾਇਆ। ਜਦੋਂ ਮੈਂ ਕਹਿ ਰਹੀ ਹਾਂ ਮੇਰਾ ਬਿਜ਼ਨਸ ਦੇ ਦੇ ਤਾਂ ਉਹ ਵੀ ਨਹੀਂ ਦਿੰਦਾ। ਮੇਰਾ ਘਰ ਜਿੱਥੇ ਮੈਂ ਰਹਿ ਰਹੀ ਸੀ ਇਸ ਟਾਈਮ, ਉਹ ਘਰ ਉੱਤੇ ਲੋਨ ਸੀ 60 ਲੱਖ ਰੁਪਇਆ, ਇਹਨੇ ਘਰ ਦੀਆਂ ਕਿਸ਼ਤਾਂ ਭਰਾਉਣੀਆਂ ਬੰਦ ਕਰਤੀਆਂ, ਉਹ ਪਲੱਜ ਕਰਨ ਵਾਸਤੇ ਘਰੇ ਬੈਂਕ ਵਾਲੇ ਆ ਗਏ ਹੈ, ਨੋਟਿਸ ਲਗਾ ਗਏ, ਮੇਰੇ ਸਿਰ ਤੋਂ ਛੱਤ ਚੱਕੇ ਕਿ ਮੇਰਾ ਛੋਟਾ ਜਿਹਾ ਬੱਚਾ ਹੈ, ਇਸ ਲਈ ਤੇ ਮੇਰੀ ਕੋਈ ਉਹ ਨਹੀਂ ਕੀਤੀ ਜਾ ਰਹੀ। ਨਹੀਂ, ਜਿਹੜਾ ਲੋਨ ਤੁਸੀਂ ਕਹਿ ਰਹੇ ਹੋ ਘਰ ਦੇ ਉੱਤੇ, ਉਹ ਲੋਨ ਲਿਆ ਕਿੰਨੇ ਸੀ? ਪਿਊਸ਼ ਗੋਇਲ ਨੇ ਲਿੱਤਾ ਹੋਇਆ ਹੈ। ਕਿਸ ਵਾਸਤੇ ਲਿਆ ਸੀ ਉਹਨੇ? ਮੈਨੂੰ ਨਹੀਂ ਪਤਾ ਉਹਨੇ ਕਿਸ ਵਾਸਤੇ ਲਿੱਤਾ ਹੈ, ਮੈਂ ਤਾਂ ਬਸ ਸਾਈਨ ਕਰਵਾਈ ਗਿਆ, ਮੈਂ ਅਨਪੜ੍ਹ ਆ, ਮੈਂ ਪੜ੍ਹੀ ਲਿਖੀ ਨਹੀਂ ਹੈਗੀ। ਤੁਹਾਨੂੰ ਪੈਸੇ ਪੂਸੇ ਦਿੱਤੇ ਗਏ? ਕੁਛ ਨਹੀਂ, ਕੁਛ ਨਹੀਂ, ਮੈਂ ਤਾਂ ਅੱਖਾਂ ਬੰਦ ਕਰਕੇ ਬਿਜ਼ਨਸ ਵੀ ਅੱਖਾਂ ਬੰਦ ਕਰਕੇ ਮੇਰਾ ਯੂਜ਼ ਕਰਦਾ ਰਿਹਾ ਇਹ, ਮੇਰੇ ਨਾਮ ਤੇ ਬਿਜ਼ਨਸ ਕੀਤਾ ਹੋਇਆ ਹੈ। ਤੁਸੀਂ ਮੈਰਿਡ ਕੀਤੀ ਹੈ ਇਹਨਾਂ ਨਾਲ? ਮੈਂ ਮੈਰਿਜ ਕੀਤੀ ਇਹਨਾਂ ਨਾਲ। ਕਿੰਨੇ ਸਾਲ ਹੋ ਗਏ? ਕਿੰਨੇ ਸਾਲ ਹੋ ਗਏ ਵਿਆਹ? 6 ਸਾਲ ਹੋ ਗਏ ਵਿਆਹ ਤੋਂ, 4 ਸਾਲ ਦਾ ਹੋ ਗਿਆ, ਬੱਚਾ ਹੋ ਗਿਆ ਇਹ, ਮੈਨੂੰ ਪਹਿਲਾਂ ਹੀ ਮਾਰ ਕੁੱਟ ਕੇ ਘਰੋਂ ਕੱਢਦਾ ਸੀਗਾ। ਕੋਰਟ ਤੇ ਕੀਤੀ ਸੀ ਤੁਸੀਂ? ਕੋਰਟ ਮੈਰਿਜ ਵੀ ਹੋਈ ਪਈ, ਦੂਜੇ ਲੋਟ ਵੀ ਹੋਈ ਪਈ ਹੈ, ਲੀਗਲ ਮੈਰਿਜ ਹੈ ਸਾਡੀ ਦੋਨਾਂ ਦੀ, ਦੋਨਾਂ ਦੇ ਪਰਿਵਾਰ ਦੀ ਸਹਿਮਤੀ ਨਾਲ। ਹਾਂਜੀ ਹਾਂਜੀ। ਤੁਹਾਨੂੰ ਕੋਈ ਜਾਣਕਾਰੀ ਸੀ ਇਹਨਾਂ ਨੂੰ ਵਿਆਹ ਤੋਂ ਪਹਿਲਾਂ? ਇਹਨਾਂ ਨੇ ਮੇਰੀ ਸਾਰੀ ਜਾਣਕਾਰੀ ਕੱਢੀ ਸੀਗੀ, ਮੈਨੂੰ ਇਹਨਾਂ ਨੇ ਕਿਹਾ ਸੀਗਾ ਕਿ ਮੇਰੀ ਜਿਹੜੀ ਪਹਿਲੀ ਜਾਨੀ ਸੀਗੀ ਉਹ ਕਿਸੇ ਹੋਰ ਦੇ ਨਾਲ ਰਿਲੇਸ਼ਨ 'ਚ ਹੋ ਗਈ ਸੀ, ਉਹਦੀ ਵੀਡੀਓ ਬਣਾ ਕੇ ਬਕਾਇਦਾ ਸਾਰੀ ਮਾਰਕੀਟ ਦੇ ਵਿੱਚ ਵੀ ਦੱਸੀ ਹੋਈ ਹੈ, ਕੋਰਟ ਵਿੱਚ ਵੀ ਦਿਖਾਈ ਹੋਈ ਹੈ ਵੀ ਉਹ ਕਰੈਕਟਰਲੈਸ ਸੀ। ਕਿੰਨੇ ਸਾਲ ਤੋਂ ਤੁਸੀਂ ਇਕੱਠੇ ਇਹਨਾਂ ਦੇ? ਹੁਣ ਕਿੰਨੇ ਸਾਲ ਤੋਂ ਤੁਹਾਡੀ ਵਿਗੜੀ ਹੈ ਤੇ ਕਿੰਨੇ ਸਾਲ ਤੋਂ ਇਕੱਠੇ ਸੀ? ਅਸੀਂ ਹੁਣ ਤਿੰਨ ਸਾਲ ਤੋਂ ਅਸੀਂ ਲੱਗ ਰਹਿ ਰਹੇ ਹਾਂ, ਹੁਣ ਸਾਡਾ ਕੇਸ ਕੁਸ ਪਿਆ ਹੋਇਆ। ਕਿੱਥੇ ਰਹਿੰਦੇ ਆ ਹੁਣ ਇਹ? ਆਪਣੇ ਪਹਿਲੇ ਬੱਚਿਆਂ ਨਾਲ ਤੇ ਪਹਿਲੀ ਵਾਈਫ ਨਾਲ ਰਹਿੰਦੇ ਆ, ਨੀਰਜ ਗੋਇਲ ਨਾਲ ਮਿਲਿਆ ਹੋਇਆ ਇਹਨਾਂ ਦੇ। ਨੀਰਜ ਗੋਇਲ ਕੌਣ? ਉਹਨਾਂ ਦਾ ਭਰਾ ਏ। ਉਹ ਕੀ ਕਰਦਾ? ਉਹਨਾਂ ਦਾ ਬਿਜ਼ਨਸ ਉੱਥੇ ਹੀ ਹੈ ਸਾਹਮਣੇ, ਸੇਮ ਬਿਜ਼ਨਸ ਹੈ ਇਹਨਾਂ ਦਾ। ਤੇ ਹੁਣ ਕੀ ਪੁਲਿਸ ਵੀ ਆਈ ਸੀ ਰਾਤ? ਪੁਲਿਸ ਰਾਤ ਆਈ ਹੈ, ਧਮਕੀਆਂ ਦਿੱਤੀਆਂ ਗਈਆਂ, ਮੈਂ ਪੁਲਿਸ ਪਹਿਲਾਂ ਇਹਨਾਂ ਕੋਲ ਮਿੰਤਾ ਕਰਦੀ ਆਈ ਗਈ ਹੈ, ਪਹਿਲਾਂ ਕਾਫੀ ਦੇਰ ਤੋਂ ਆ ਰਹੀ ਹਾਂ ਕਿ ਹੱਥ ਜੋੜ ਕੇ ਬੇਨਤੀ ਹੈ ਘਰੇ ਆ ਜਾ, ਬੱਚਾ ਸਾਂਭ ਲੈ। ਘਰੇ ਆਉਂਦੀ ਹੈ, ਮੇਰੇ ਨਾਲ ਮਾਰ ਕਟਾਈ ਕਰਦੀ ਹੈ, ਸਾਰਾ ਮਹੱਲਾ ਉੱਥੇ ਇਕੱਠਾ ਹੋ ਜਾਂਦਾ ਵੀ ਮਾਰ ਕਟਾਈ ਨਾ ਕਰ, ਬੈਠ ਕੇ ਗੱਲ ਕਰ, ਬੈਠ ਕੇ ਗੱਲ ਨਹੀਂ ਕਰਦਾ।
ਪੁਲਿਸ ਵਾਲਿਆਂ ਨੂੰ ਇਹ ਕਹਿੰਦਾ ਮੈਂ ਜੇਬ 'ਚ ਪਾ ਕੇ ਰੱਖਦਾ ਪੈਸੇ, ਪੁਲਿਸ ਵਾਲਿਆਂ ਨੂੰ ਇੱਦਾਂ ਪੈਸੇ ਦੇਣੇ, ਪੈਸੇ ਵਾਲਾ ਬੰਦਾ ਹੈ। ਮੇਰੀ ਸੁਣਵਾਈ ਨਹੀਂ ਹੁੰਦੀ, ਰਾਤੀ ਪੁਲਿਸ ਵਾਲੇ ਆਏ ਮੈਨੂੰ ਧਮਕੀਆਂ ਦਿੱਤੀਆਂ ਕਿ ਅਸੀਂ ਲੇਡੀਜ਼ ਪੁਲਿਸ ਬੁਲਾ ਕੇ ਤੁਹਾਨੂੰ ਕੁੱਟ ਕੇ ਬਾਹਰ ਕੱਢਾਂਗੇ, ਇੱਥੇ ਤੁਸੀਂ ਧਰਨਾ ਨਹੀਂ ਦੇ ਸਕਦੇ। ਇਹ ਪ੍ਰੋਪਰਟੀ ਪਿਊਸ਼ ਗੋਇਲ ਦੀ ਹੈ, ਕਿੰਨੇ ਸਾਲਾਂ ਤੋਂ ਆ ਲਿਖੀ ਹੋਈ ਹੈ। ਨਹੀਂ, ਪ੍ਰੋਪਰਟੀ ਮੇਰੇ ਘਰ ਵਾਲੇ ਨਾਮ ਤੇ ਹੈ, ਇਹ ਪੁਰਾਣੇ ਪੁਰਾਣੀ ਇਹਨਾਂ ਦੀ ਪਈ ਹੋਈ ਹੈ। ਹੁਣ ਇਹਨਾਂ ਨੇ ਝੂਠਾ ਇੱਕ ਕਾਗਜ਼ ਬਣਾ ਲਿਆ ਕਿ ਇਹ ਪ੍ਰੋਪਰਟੀ ਕਿਸੇ ਹੋਰ ਦੀ ਹੈ। ਮੇਰੇ ਕੋਲ ਪ੍ਰੂਫ ਹੈਗਾ ਕਿ ਇਹਨਾਂ ਦੀ ਪ੍ਰੋਪਰਟੀ ਹੈ ਇਹ। ਮੇਰਾ ਜਿਹੜਾ ਕੋਰਟ ਵਿੱਚ ਇਹਨਾਂ ਨੇ ਲਿਖ ਕੇ ਦਿੱਤਾ ਨਾ ਬਿਜ਼ਨਸ, ਉਹਦੇ ਉੱਤੇ ਬਕਾਇਦਾ ਲਿਖਿਆ ਹੋਇਆ ਵੀ ਆਹ ਐਡਰੈਸ ਹੈ। ਐਸਐਸਪੀ ਨਾਲ ਗੱਲਬਾਤ ਨਹੀਂ ਕੀਤੀ ਇੱਥੇ? ਮੈਨੂੰ ਪੁਲਿਸ ਕੋਲ ਜਾਣੀ ਹੈ, ਧੱਕੇ ਖਵਾ ਦਿੰਦੇ। ਮੈਂ ਕਿੱਥੇ, ਅਸੀਂ ਬੱਚਾ ਛੋਟਾ, ਮੇਰੇ ਕੋਲ ਪਹਿਲਾਂ ਕਨਵੇਅੰਸ ਹੀ ਨਹੀਂ ਸੀਗੀ। ਮਸਾਂ ਮੇਰੇ ਭਾਈ ਨੇ ਮਿੰਤਾ ਪਹਿਲਾਂ ਇੱਕ ਦਿੱਤੀ ਸੀ ਬਹੁਤ ਪਹਿਲਾਂ, ਇਹ ਉਹ ਵੀ ਚੱਕ ਕੇ ਲੈ ਗਏ ਮੇਰੇ ਕੋਲੋਂ। ਹੁਣ ਮੇਰੇ ਪੁਰਾਣੇ ਦੁਬਾਰਾ ਕੱਢ ਕੇ ਦਿੱਤੀ ਮੈਨੂੰ, ਮੇਰਾ ਬੱਚਾ ਛੋਟੇ ਕਰਕੇ ਮੈਂ ਕਿੱਥੇ ਜਾ ਨਹੀਂ ਸਕਦੀ ਸੀ। ਬਹੁਤ ਮਿੰਤਾ ਕਰਦੇ ਸੀ ਪੁਲਿਸ ਵਾਲੇ, ਘਰ ਆ ਕੇ ਮੇਰੇ ਬਿਆਨ ਲੈ ਲਓ, ਮਸਾਂ ਬਿਆਨ ਲੈਣਾ ਦੇ ਸੀ, ਪਰ ਕੋਈ ਕਾਰਵਾਈ ਨਹੀਂ ਹੁੰਦੀ ਸੀ। ਹੁਣ ਕਿੱਦਾਂ ਦੀ ਕਾਰਵਾਈ ਦੀ ਮੰਗ? ਹੁਣ ਇਹ ਕਹਿੰਦੇ ਆ ਜੇ ਤੂੰ ਇੱਥੇ ਅਗਰ ਆਦਾ ਬੈਠੇਂਗੇ ਸੀ ਤੇ ਪਰਚਾ ਪਾਵਾਂਗੇ, ਧਮਕੀਆਂ ਦਿੰਦੇ ਆ। ਮੈਨੂੰ ਦੱਸੋ ਕਿਸ ਬੇਸ ਤੇ ਪਰਚਾ ਪਾਉਂਗੇ ਮੇਰੇ ਤੇ, ਮੈਨੂੰ ਕਿਸ ਬੇਸ ਤੋਂ ਉਦੋਂ ਘਰ ਚੱਕੂਗੇ? ਖੁਦ ਇਹਨਾਂ ਨੇ ਲਿਖ ਕੇ ਲਾਇਆ ਕਿ ਮੇਰਾ ਬਿਜ਼ਨਸ ਹੈ, ਕੋਰਟ ਵਿੱਚ ਸਭ ਕੁਝ ਕੀਤਾ, ਆਹੀ ਪ੍ਰੋਪਰਟੀ ਦਾ ਐਡਰੈਸ ਹੈ। ਜਾਂ ਤਾਂ ਉਹ ਪ੍ਰੋਪਰਟੀ ਦਾ ਐਡਰੈਸ ਦੇ ਦੇਵੇ ਮੈਨੂੰ, ਉਹ ਬਿਜ਼ਨਸ ਦੇ ਦੇਵੇ ਕਿੱਥੇ ਹੈ ਮੇਰਾ। ਕੋਰਟ ਵਿੱਚ ਖਰਚਾ ਲਿਖਣ ਦਿੱਤਾ ਮੈਨੂੰ, ਮੈਨੂੰ ਆਪਣੇ ਦੁੱਧ ਤੱਕ ਨਹੀਂ ਦਿੰਦਾ ਬੱਚੇ ਦਾ। ਜਾ ਕੇ ਪੁੱਛ ਲਓ ਮੇਰੀ ਕਲੋਨੀ ਦੇ ਵਿੱਚ, ਸਾਰੀ ਕਲੋਨੀ ਖਰਚਾ ਦਿੰਦੀ ਹੈ, ਗੁੱਡ ਅਰਥ ਕਲੋਨੀ। ਪੱਤਰਕਾਰ ਲੋਕ ਹੋ, ਤੁਹਾਨੂੰ ਇੰਡੀਆ ਦੇ ਕਾਨੂੰਨਾਂ ਦਾ ਪਤਾ, ਮੈਟ੍ਰੀਮੋਨੀਅਲ ਦੇ ਵਿੱਚ ਆਦਮੀ ਦੀ ਕੋਈ 65 ਨਹੀਂ ਹੈ। ਔਰ ਉਰੇ ਅਗਰ 100 ਕੇਸਿਸ, ਅਗਰ ਲੱਖ ਕੇਸ ਜਾਂ 10 ਲੱਖ ਕੇਸ ਹਿੰਦੁਸਤਾਨ ਚੱਲਦਾ ਹੈ ਤਾਂ ਉਹਦੇ ਵਿੱਚ 80% ਲੋਕ ਜਿਹੜੇ ਮੁੰਡੇ ਨੇ ਉਹ ਸੁਸਾਈਡ ਕਰ ਲੈਂਦੇ ਨੇ। ਤੁਹਾਨੂੰ ਪਤਾ ਇਹ ਗੱਲ ਦਾ? ਇਹ ਮੇਰੀ 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 ਇੱਕ ਗੱਲ ਸੁਣੋ, ਮੈਂ ਰਿਕੁਐਸਟ ਕਰ ਰਿਹਾ, ਮੇਰੀ ਇੱਕ ਬੇਨਤੀ ਸੁਣੋ ਵੀ ਇੰਨਾ ਕੁ ਟੋਰਚਰ ਕੀਤਾ ਜਾਂਦਾ ਔਰਤ ਦੁਆਰਾ, ਹਰ ਚੀਜ਼ ਕਹਿੰਦੀ ਹੈ ਵੀ ਇਹ ਮਜ਼ਲੂਮ ਔਰਤ ਹੈ ਜੀ, ਇਹ ਬੱਚਾ ਹੈ ਜੀ, ਤੁਸੀਂ ਨਜਾਇਜ਼ ਕਰ ਰਹੇ ਹੋ ਜੀ, ਤੁਸੀਂ ਇਸ ਤਰ੍ਹਾਂ ਕਰ ਰਹੇ ਹੋ ਜੀ। ਉਹ ਹਾਲੇ ਤਾਂ ਮੇਰਾ ਘਰ ਪਰਿਵਾਰ ਨਹੀਂ ਹੈ ਕੋਈ ਹੋਰ, ਮੇਰੇ ਮਾਂ ਬਾਪ ਨਹੀਂ ਹੈਗੇ, ਮੇਰੇ ਭਾਈ ਭੈਣ ਨਹੀਂ ਹੈਗੇ, ਇਹ ਉਹਨਾਂ 'ਤੇ ਵੀ ਕੇਸ ਪਾ ਦਿੰਦੀ, ਉਹ ਵੀ ਨਹੀਂ ਕੇਸ ਪਾਏ, ਫਿਰ ਵੀ ਕੇਸ ਪਾਤੇ, ਕੇਸ ਪਾਏ ਹੋਏ ਨੇ, ਕੋਰਟ 'ਚ ਕੇਸ ਚੱਲ ਰਹੇ, ਕੋਰਟ ਨੇ ਖਰਚਾ ਲਾਇਆ ਹੋਇਆ, ਸਾਡਾ ਸੈਟਲਮੈਂਟ ਦਾ ਚੱਲ ਰਿਹਾ ਮਸਲਾ, ਅਸੀਂ ਸੈਟਲ ਕਰ ਰਹੇ ਨੇ, ਗੱਲਬਾਤ ਚੱਲ ਰਹੀ ਹੈ। ਇਹ ਬਿਨਾਂ ਮਤਲਬ ਤੋਂ ਆ ਕੇ ਮੈਂਟਲ ਹਾਈਕ ਕਰਨ ਵਾਸਤੇ ਕਰ ਰਹੀ ਹੈ, ਇਹਨੇ ਇਹੀ ਕੋਰਟ 'ਚ ਗਈ ਹੈ, ਇੱਥੇ ਹੀ ਉਹਨੂੰ ਕੋਰਟ 'ਚੋਂ ਖਰਚਾ ਲੱਗਿਆ ਲੁਧਿਆਣੇ ਤੋਂ, ਔਰ ਖਰਚਾ ਨੂੰ ਲੱਗ ਚੁੱਕਿਆ ਹੈ। 3 ਵਾਰ ਮੈਂ ਉੱਥੇ ਜਾਇਆ ਪੈਸੇ ਲੈ ਕੇ, ਇਹ ਉੱਥੇ ਲੈਣ ਨਹੀਂ ਆਈ। ਕੋਰਟ ਦੇ ਵਿੱਚ ਰਿਪੋਰਟਿੰਗ ਹੋਈ ਹੋਈ ਹੈ ਵੀ ਡਿੰਪਲ ਗੋਇਲ ਆਪਣੇ ਹੀ ਕੇਸ ਦੇ ਵਿੱਚ ਖਰਚਾ ਲੱਗਿਆ ਹੋਇਆ, ਲੈਣ ਨਹੀਂ ਆਈ। 3 ਵਾਰ ਮੈਂ ਉੱਥੇ ਜਾਇਆ, ਗੱਲ ਸਮਝੋ। 10 ਤਰੀਕ ਦੀ ਪੇਸ਼ੀ ਹੈ, 10 ਜਨਵਰੀ ਦੀ, ਰਿਕਾਰਡਿੰਗਾਂ ਕਰਨ 'ਚ ਮਾਹਿਰ ਹੈ, ਇਹ ਰਿਕਾਰਡਿੰਗਾਂ ਕਰ ਰਹੀ ਹੈ, ਬਸ ਵੀ ਕੋਈ ਰਿਕਾਰਡਿੰਗ ਹੱਥ ਲੱਗੇ ਔਰ ਮੈਂ ਜਾ ਕੇ ਕੋਰਟ 'ਚ ਰਿਕਾਰਡਿੰਗ ਦੇਵਾਂ। ਇਸ ਤੋਂ ਇਲਾਵਾ ਹੋਰ ਕੁਛ ਨਹੀਂ ਹੈ, ਸਾਡੀ ਗੱਲਬਾਤ ਚੱਲ ਰਹੀ ਹੈ, ਸੈਟਲਮੈਂਟ ਹੋ ਜਾਏਗੀ, ਸੈਟਲ ਕਰ ਰਹੇ ਹਾਂ। ਗੋਇਲ ਸਾਹਿਬ, ਇਹਨਾਂ ਨੇ ਇਲਜ਼ਾਮ ਲਾਇਆ ਕਿ ਤੁਸੀਂ ਉਹਨਾਂ ਦੇ ਘਰ ਵਿੱਚ, ਉਹਨਾਂ ਨੇ ਵੀਡੀਓ ਵੀ ਸਾਨੂੰ ਕੀਤੀ ਹੈ ਤੇ ਫੋਟੋਆਂ ਵੀ ਜੀ ਤੋੜ ਭੱਜ ਕੀਤੀ ਹੈ ਤੁਸੀਂ। ਭਾਜੀ, ਮੇਰੀ ਠੰਡੇ ਦਿਮਾਗ ਨਾਲ ਗੱਲ ਸੁਣੋ, ਘਰ ਮੇਰਾ ਹੈ ਨਾ, ਉਹ ਇਹਨੇ ਮੰਨਿਆ ਨਾ, 2 ਸਾਲ ਤੋਂ ਘਰ 'ਚ ਰਹਿ ਰਹੀ ਹੈ, ਮੈਂ ਕਿਰਾਏ 'ਤੇ ਰਹਿ ਰਿਹਾ, ਮੈਂ ਕਿੱਥੇ ਗਿਆ ਘਰ? ਲੇਕਿਨ ਇਲਜ਼ਾਮ ਲਾਉਂਦੀ ਕਿ ਤੁਸੀਂ ਪਹਿਲੀ ਬੀਬੀ ਨਾਲ ਰਹਿੰਦੇ ਹੋ। ਉਹ ਸਰ, ਇਹਨਾਂ ਨਾਲ ਰਹਿੰਦੇ ਹੋ? ਕੋਰਟ 'ਚ ਪਾਇਆ ਹੋਇਆ ਨਾ ਜੀ ਇਹਨੇ ਸਾਰਾ ਕੁਝ। ਇਲਜ਼ਾਮ ਲਾਉਣ ਨਾਲ ਕੀ ਹੁੰਦਾ? ਮੈਂ ਤੁਹਾਡੇ ਤੋਂ ਜਾਣ ਨਾਲ ਤੁਹਾਨੂੰ ਮੇਰੇ ਥੱਪੜ ਮਾਰਿਆ, ਮੈਂ ਕੋਰਟ ਚਲਾ ਗਿਆ, ਫਿਰ ਉਹ ਮੈਟਰ ਕੋਰਟ ਚਲਾ ਗਿਆ ਨਾ, ਮੈਨੇ ਐਸਾ ਕੁਛ ਨਹੀਂ ਕੀਤਾ। ਕੋਰਟ 'ਚ ਮੈਟਰ ਚੱਲ ਰਿਹਾ, ਕੋਰਟ ਨੇ ਆਪਣੇ ਆਪ ਖਰਚਾ ਲਾਇਆ, ਕੋਰਟ 'ਚ ਕੇਸ ਚੱਲ ਰਹੇ ਹੈ। ਪਟਿਆਲੇ ਵੀ ਨੇ ਮੇਰੀ ਸਾਰੀ ਜਾਇਦਾਦ, ਜਿਹੜੀ ਮੇਰੇ ਕੋਲ ਕੋਈ ਜਾਇਦਾਦ ਹੀ ਨਹੀਂ ਰਹੀ, ਇਹਨੇ ਜਾਇਦਾਦ ਸਾਰੀ ਮੇਰੀ ਸਟੇਅ ਕਰਨ ਵਾਸਤੇ, ਜਿੱਥੋਂ ਸ਼ੁਰੂਆਤ ਹੋਈ 4 ਸਾਲ ਤੋਂ, ਸਟੇਅ ਕਰਨ ਵਾਸਤੇ ਕਰੀ ਹੋਈ ਹੈ। ਕੋਰਟ 'ਚ ਕੇਸ ਚੱਲ ਰਹੀ ਹੈ। ਅਤੇ ਜਿਹੜੀ ਪ੍ਰੋਪਰਟੀ 'ਤੇ ਧਰਨਾ ਕਰਿਆ, ਕਹਿੰਦੀ ਮੇਰੇ ਨਾਮ 'ਤੇ ਕੀਤੀ ਹੋਈ ਹੈ, ਲੇਕਿਨ ਮੈਨੂੰ ਮਲਕੀਅਤ ਦਿਖਾ ਕੇ, ਮਲਕੀਅਤ ਦਿਖਾ, ਰਜਿਸਟਰੀ ਦਿਖਾ, ਇਹਦੀ ਮਲਕੀਅਤ ਕੋਈ ਦਿੱਕਤ ਹੀ ਕੋਈ ਨਹੀਂ। ਮੈਂ ਤਾਂ ਕਹਿੰਦਾ ਜਿਹਦੀ ਮਲਕੀਅਤ ਲੈ ਲਓ, ਜਿਹੜਾ ਮਾਲਕ ਹੈ ਲੈ ਲਓ, ਦਿਖਾ ਆਪਣੀ ਮਲਕੀਅਤ। ਛੋਟਾ ਜਿਹਾ ਬੱਚਾ ਹੋ ਕੇ, ਇੱਕ ਬੱਚੇ ਨਾਲ ਇੱਕ ਮਹਿਲਾ, ਸਰ ਉਹ ਕੋਰਟ ਦੇਖ ਰਿਹਾ ਜੀ ਸਾਰਾ ਕੁਛ। ਮੈਂ ਤੁਹਾਨੂੰ ਪਹਿਲਾਂ ਅਰਜ਼ ਕਰਕੇ ਦੱਸਿਆ ਵੀ ਮਜ਼ਲੂਮ ਔਰਤ ਔਰ ਮਜ਼ਲੂਮ ਬੱਚਾ,
ਆਦਮੀ ਜਿਹੜਾ ਸੁਸਾਈਡ ਕਰ ਲੈਂਦਾ, ਫਿਰ ਉਸ ਮਜਲੂਮ ਔਰਤ ਦੇ ਬੱਚੇ ਕਿਆ ਹੁੰਦਾ ਜੀ? ਤੁਹਾਨੂੰ ਤਾਂ ਨਜ਼ਰ ਆ ਰਿਹਾ ਨਾ ਜੀ, ਤੁਹਾਨੂੰ ਮੈਂ ਨਜ਼ਰ ਆ ਰਿਹਾ ਨਾ, ਜਿਹੜਾ 24 ਜਿਹੜਾ ਕਿਰਾਏ ਤੇ ਰਹਿ ਰਿਹਾ, ਇਹ ਮੇਰੀ ਕੋਠੀ 'ਚ ਰਹਿ ਰਹੀ ਹੈ, ਇਹ ਮੇਰੀ ਕੋਠੀ 'ਚ ਰਹਿ ਰਹੀ ਹੈ 2 ਸਾਲ ਤੋਂ ਸਰ, ਮੈਨੂੰ ਬੜੇ ਨਹੀਂ ਦੇ ਰਹੀ, ਮੈਨੂੰ ਬੜੇ ਨਹੀਂ ਦੇ ਰਹੀ ਕੋਠੀ ਦੇ ਵਿੱਚ, ਮੈਨੂੰ ਬੜੇ ਨਹੀਂ ਦੇ 2 ਸਾਲ, ਮੈਨੂੰ ਗਰਮ ਕੱਪੜੇ ਆਪਣੇ ਸਿਲੰਡਰ ਨਹੀਂ ਲੈਂਦੀ ਆ ਕੋਠੀ 'ਚੋਂ, 6 ਸਿਲੰਡਰ ਪਏ ਕੋਠੀ 'ਚ, ਮੈਨੂੰ 2 ਸਿਲੰਡਰ ਨਹੀਂ ਲੈਂਦੀ ਹੈ, ਮੈਨੂੰ ਹੀਟਰ ਨਹੀਂ ਲੈਂਦੀ ਆ ਸਰਦੀਆਂ ਵਾਸਤੇ, ਤਾਂ ਉਹ ਕਹਿੰਦੀ ਆ ਕਿ ਮੈਨੂੰ ਵੀ ਘਰ ਤੋਂ ਬਾਹਰ, ਉਹ ਫਿਰ ਤੁਸੀਂ ਕੋਰਟ ਦੇਖੋ ਜੀ, ਸਾਡਾ ਫੈਸਲਾ ਹੋ ਰਿਹਾ, ਸਾਡਾ ਸਮਝੌਤਾ ਹੋ ਰਿਹਾ, ਬੱਚੇ ਦਾ 2 ਮਹੀਨੇ ਦਾ ਦੁੱਧ ਬੰਦ ਕੀਤਾ ਗਿਆ, ਮੈਂ ਕੋਈ ਦੁੱਧ ਚਾਲੂ ਹੀ ਨਹੀਂ ਕੀਤਾ ਜੀ, ਬੰਦ ਨਹੀਂ ਕੀਤਾ ਨਾ, ਮੈਂ ਚਾਲੂ ਕੀਤਾ ਨਾ, ਪ੍ਰੋਪਰਟੀ ਦੇ ਕਹਿੰਦੇ ਸਰ, ਉਹ ਕੋਰਟ ਦੇਖੇਗੀ ਜੀ, ਕੋਰਟ ਬੈਂਕ ਵੱਲੋਂ ਲੱਗ ਗਿਆ ਸਰ, ਕੋਰਟ ਦੇਖੀ, ਸਾਡੀ ਗੱਲਬਾਤ ਚੱਲ ਰਹੀ ਹੈ, ਸਾਡੀ ਸੈਟਲਮੈਂਟ ਹੋ ਜਾਏਗੀ।